शहीद देश का सरमाया होंदे ने। एक माँ अपने पुत नूं देश की राखी लई खिड़े मत्थे तौर तोरदी है, पर घर शहीद की देह आउंदी है, पर सरकार का कोई नुमाइंदा परिवार की सार नहीं लैंदा। एक हैरान कर देने वाला इस तरीके का मामला सामने आया, जो कि लगभग 12 साल पुराना है। इत्थे दा जवान लखविंदर सिंह 2010 च शहीद होया सी, पर अजे तक किसी ने इन्हां दी सार नहीं लई। इस मामले ते तुहानूं एक खास रिपोर्ट दिखाउंदे आं। उदों तां कहिंदे सी तुहानूं असीं पेट्रोल पंप देवांगे, तुहानूं असीं गैस एजेंसी देवांगे, यानी कि वी नहीं को बने। गोद विच अपने पुत दी तस्वीर नूं लाड लडाउंदी इस मां दीआं अखां अज वी उस नूं याद करके भर आउंदीआं ने। जवान पुत्र की शहादत का दर्द इस पिता के चेहरे तो आज भी साफ झलकता है। जिला मोगा दे विच पैंदे पिंड चड़िक दे इस घर दे विच जम्मे लखवीर सिंह ने तो अपनी जिंद देश दीआं सरहदां दी राखी करदिआं होया हस के वार दित्ती। पर अफसोस, शहीद दे संस्कार मौके मीडिया दे कैमरिआं मूहरे वड्डे वड्डे बयान करन वाले सियासतदान सरकारा ने मुड़ तो शहीद के परिवार की बात ही नहीं पूछी। उदों तां कहिंदे सी तुहानूं असीं पेट्रोल पंप देवांगे, तुहानूं असीं गैस एजेंसी देवांगे, बेटे के नाँ ते आ भी चीज़ बनावांगे, आ भी बनावांगे, यानी कि भी नहीं को बने। पिंड च असीं देखिआ उहनां दा स्टैचू लग्गिआ हैगा। ओह साडे पिंड ने वीर जी बनाया, मेरे नगर की संगत ने। हाँ, नौकरी बारे जी कीती सी, नौकरी कहिंदे सीगे वी तुहानूं देवांगे, ਵੀ ਕਿਹਨੂੰ ਨੌਕਰੀ ਚਾਹੀਦੀ। ਅਸੀਂ ਕਿਹਾ ਵੀ ਸਾਡੇ ਵੀ ਪਹਿਲਾਂ ਤਾਂ ਅਸੀਂ ਗੱਲ ਕੀਤੀ ਸੀ ਵੀ ਸਾਡੇ ਬੇਟੇ ਨੂੰ ਚਾਹੀਦੀ ਹੈ, ਫਿਰ ਉਹ ਕਹਿੰਦੇ ਵੀ ਤੁਹਾਡਾ ਬੇਟਾ ਤਾਂ ਵਿਆਹਿਆ ਗਿਆ, ਸਮਝ ਗਏ। ਫਿਰ ਅਸੀਂ ਆਖਿਆ ਵੀ ਸਾਡੀ ਲੜਕੀ ਵੀ ਆ, ਉਹ ਕਹਿੰਦੇ ਕਿੰਨੀਆਂ ਪੜ੍ਹੀ ਆ। ਉਦੋਂ ਲੜਕੀ ਛੋਟੀ ਸੀਗੀ, ਉਹਨਾਂ ਨੇ ਸਾਨੂੰ ਉਦੋਂ ਕਹਿਤਾ ਵੀ ਅਸੀਂ ਲੜਕੀ ਨੂੰ ਦੀ ਨੌਕਰੀ ਰਾਖਵੀਂ ਰੱਖ ਲਾਂਗੇ, ਇਹਨੂੰ ਪੜ੍ਹਾ ਲਓ ਵਾਹਵਾ ਤੁਸੀਂ, ਇਹ ਚੰਗੀ ਨੌਕਰੀ ਮਿਲ ਜਾਊ ਕੋਈ। ਅਤੇ ਫਿਰ ਅਸੀਂ ਉਹਨੂੰ ਜੀ ਹੁਣ 14-15 ਪੜ੍ਹਾਈ ਬੈਠੇ ਹਾਂ, ਅਤੇ ਹੁਣ ਸਾਨੂੰ ਕੋਈ ਪੁੱਛਣ। ਹੁਣ ਤਾਂ ਅਸੀਂ ਜੀ ਇਹੋ ਹੀ ਨੌਕਰੀ ਤੋਂ ਕੋਈ ਮੰਗ ਕਰਦੇ ਹਾਂ, ਅਤੇ ਇੱਕ ਆ ਜਿਹੜੇ ਆ ਸਕੂਲ ਦਾ, ਉਹਨਾਂ ਨੇ ਕਈ ਚੇਂਜ ਕਰਾਂਗੇ ਵੀ ਸਕੂਲ ਦਾ ਨਹੀਂ ਹੋਇਆ ਗਾ, ਸੜਕ ਦਾ ਨਹੀਂ ਹੋਇਆ ਗਾ, ਆਹ ਜਿਹੜਾ ਯਾਦਗਾਰ ਬਣੀ ਆ ਇਹ ਪਿੰਡ ਦੇ ਨਗਰ ਨੇ ਬਣਾਈ ਆ। ਬਚਪਨ ਤੋਂ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਵੇਖਣ ਵਾਲੇ ਲਖਵੀਰ ਸਿੰਘ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਦੇ ਨਾਲ ਲੋਹਾ ਲੈਂਦੇ ਹੋਏ ਸਾਲ 2010 ਦੇ ਵਿੱਚ ਸ਼ਹੀਦ ਹੋ ਗਏ ਸੀ। ਸਾਲ 2004 ਦੇ ਵਿੱਚ ਸਿੱਖ ਰੈਜੀਮੈਂਟ 'ਚ ਭਰਤੀ ਹੋਣ ਵਾਲੇ ਲਖਵੀਰ ਸਿੰਘ ਦੀ ਸ਼ਹਾਦਤ ਦਾ ਮੁੱਲ ਕਿਸੇ ਕੀਮਤ ਵੀ ਨਹੀਂ ਉਤਾਰਿਆ ਜਾ ਸਕਦਾ, ਪਰ ਸ਼ਹੀਦ ਦੀਆਂ ਅੰਤਮ ਰਸਮਾਂ ਮੌਕੇ ਉਸ ਦੀ ਸ਼ਹਾਦਤ ਦਾ ਸਨਮਾਨ ਅਤੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਵਾਅਦਾ ਕਰਨ ਵਾਲੇ ਤਮਾਮ ਵਾਅਦੇ ਵੀ ਉਸ ਦੀ ਸਿੱਖਾਂ 'ਚ ਹੀ ਜਲ ਕੇ ਰਾਖ ਹੋ ਗਏ ਨੇ। ਅਤੇ ਉਸਦਾ ਪਰਿਵਾਰ ਅੱਜ ਵੀ ਮਹਿਜ਼ ਇੱਕ ਨੌਕਰੀ ਲਈ ਸਰਕਾਰਾਂ ਦੇ ਹਾੜੇ ਕੱਢ ਰਿਹਾ, ਜੋ ਸਾਡੀਆਂ ਸਰਕਾਰਾਂ ਅਤੇ ਸਿਸਟਮ ਲਈ ਬੜੀ ਹੀ ਸ਼ਰਮ ਵਾਲੀ ਗੱਲ ਹੈ। 14 ਸਾਲ ਹੋ ਗਏ ਇਹ ਗੱਲ ਨੂੰ, ਉਹਨਾਂ ਨੇ ਕਿਹਾ ਸੀ ਸਕੂਲ ਦਾ ਨਾਮ ਲਖਵੀਰ ਸਿੰਘ ਦੇ ਨਾਮ 'ਤੇ ਹੋਊਗਾ, ਬਾਕੀ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਨੂੰ ਨੌਕਰੀ ਮਿਲੂਗੀ, ਪਰ ਹੋਇਆ ਕੀ ਆ ਜੀ, ਜੋ ਕੁਛ ਆ ਸਾਹਮਣੇ ਆ, ਹੋਇਆ ਕੁਛ ਵੀ ਨਹੀਂ ਆ ਜੀ। ਨੌਜਵਾਨ ਮੁੰਡੇ ਦਾ ਸ਼ਹੀਦ ਹੋਣਾ ਜੀ ਬਹੁਤ ਵੱਡੀ ਗੱਲ ਹੁੰਦੀ, ਉਹਦੇ ਮਾਂ ਪਿਓ ਵਾਸਤੇ ਬਾਅਦ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਜੀ, ਅਤੇ ਉਹਨਾਂ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਨੇ ਚਾਹੀਦੇ ਆ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਸ਼ਹੀਦ ਦੀ ਸ਼ਹਾਦਤ ਅਤੇ ਪਰਿਵਾਰ ਦੇ ਨਾਲ ਕੋਝਾ ਮਜ਼ਾਕ ਕਰਨ ਵਾਲੀਆਂ ਸਰਕਾਰਾਂ ਦਾ ਰਵੱਈਆ ਵੇਖ ਕੇ ਲੱਗਦਾ ਹੈ ਜਿਵੇਂ ਉਹਨਾਂ ਨੂੰ ਇਸ ਨਾਲ ਰਤਾ ਫਰਕ ਨਹੀਂ ਪੈਂਦਾ। ਉਮੀਦ ਕਰਦੀ ਹਾਂ ਇਸ ਖ਼ਬਰ ਨੂੰ ਵੇਖਣ ਮਗਰੋਂ ਸਿਆਸਤਦਾਰ ਖੁਦ ਤੇ ਸ਼ਰਮ ਮਹਿਸੂਸ ਕਰਨਗੇ ਤੇ ਸਮਾਂ ਰਹਿੰਦਿਆਂ ਸ਼ਹੀਦ ਦੇ ਪਰਿਵਾਰ ਦੀ ਸਾਰ ਲੈਣਗੇ ਕਿ ਇਸ ਤੋਂ ਪਹਿਲਾਂ ਕਿ ਉਹ ਉਮੀਦ ਹੀ ਛੱਡਦੇ। ਮੋਗਾ ਤੋਂ ਭੁਪਿੰਦਰ ਜੋੜਾ ਦੇ ਨਾਲ ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।